ਪਿਆਰੇ ਦੋਸਤੋ, ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ। ਪਿਆਰੇ ਦੋਸਤੋ, ਅੱਜ ਜਿਸ ਫਿਲਮ ਦੇ ਬਾਰੇ ਆਪਾਂ ਗੱਲ ਕਰਾਂਗੇ ਉਹ ਫਿਲਮ ਹੈ ਜੀ ਅਰਦਾਸ ਸਰਬੱਤ ਦੇ ਭਲੇ ਦੀ। ਇਸ ਫਿਲਮ ਦੇ ਰਾਈਟਰ ਅਤੇ ਡਾਇਰੈਕਟਰ ਨੇ ਗਿੱਪੀ ਗਰੇਵਾਲ ਅਤੇ ਉਹਨਾਂ ਦੇ ਪ੍ਰੋਡਕਸ਼ਨ ਹਾਊਸ ਨੇ ਹੀ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ। ਤਾਂ ਆਓ ਫਿਰ ਗੱਲ ਕਰਦੇ ਹਾਂ ਇਸ ਨਵੀਂ ਫਿਲਮ ਦੇ ਬਾਰੇ। ਫਿਲਮ ਬਾਰੇ ਗੱਲ ਕਰਨ ਤੋਂ ਪਹਿਲਾਂ ਤੁਹਾਡੇ ਸਾਰਿਆਂ ਦੇ ਅੱਗੇ ਉਹੀ ਮੇਰੀ ਘਸੀ ਪਿੱਟੀ ਰਿਕੁਐਸਟ ਹੈ ਕਿ ਮੇਰੇ ਪੇਜ ਨੂੰ ਕਰ ਲਓ ਫੋਲੋ, ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਮੇਰੀ ਇਹ ਵੀਡੀਓ ਪਹੁੰਚ ਸਕੇ। ਫਿਲਮ ਦੀ ਗੱਲ ਕਰਨ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਪੰਜਾਬੀ ਸਿਨੇਮਾ ਦੇ ਬਾਰੇ। ਅੱਜ ਕੱਲ੍ਹ ਪੰਜਾਬੀ ਸਿਨੇਮਾ ਦੇ ਵਿੱਚ ਪਿਆਰੇ ਦੋਸਤੋ ਇੱਕ ਰੁਝਾਨ ਬੜਾ ਹੀ ਵੱਧਦਾ ਜਾ ਰਿਹਾ ਹੈ ਜੋ ਬੜਾ ਅਜੀਬ ਹੈ, ਉਹ ਹੈ ਜੀ ਫਾਰਮੂਲਾ ਦੇ ਉੱਪਰ ਬੇਸਡ ਫਿਲਮਾਂ ਬਣਾਉਣ ਦਾ। ਇੱਕ ਫਾਰਮੂਲੇ ਨੂੰ ਫੜ ਕੇ ਪ੍ਰੋਡਿਊਸਰਸ, ਪ੍ਰੋਡਕਸ਼ਨ ਹਾਊਸ ਉਸ ਉੱਪਰ ਪੈਸਾ ਲਗਾਉਂਦੇ ਨੇ ਅਤੇ ਉਸ ਫਾਰਮੂਲੇ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ। ਜਿਵੇਂ ਕਿ ਕੁਝ ਸਾਲ ਪਹਿਲਾਂ ਪਿੱਛੇ ਜਾਈਏ ਤਾਂ ਸਾਰੀਆਂ ਦੇਸ਼ ਦੇ ਨਾਲ ਸੰਬੰਧਿਤ ਜੋ ਫਿਲਮਾਂ ਸੀ, ਕਿਉਂਕਿ ਉਦੋਂ ਪੰਜਾਬ ਦੇ ਵਿੱਚੋਂ ਵਿਦੇਸ਼ ਜਾਣ ਦਾ ਰੁਝਾਨ ਬਹੁਤ ਵੱਧ ਗਿਆ ਸੀ, ਤਾਂ ਕਰਕੇ ਜਿੰਨੀਆਂ ਫਿਲਮਾਂ ਆਈਆਂ ਉਹ ਦੇਸ਼ ਪਿਆਰ, ਮਿੱਟੀ ਦਾ ਪਿਆਰ, ਧਰਤੀ ਦਾ ਪਿਆਰ, ਪੰਜਾਬ ਦਾ ਪਿਆਰ ਇਸ ਵਿਸ਼ੇ ਉੱਪਰ ਸਨ ਅਤੇ ਉਹਨਾਂ ਫਿਲਮਾਂ ਨੇ ਕਾਫੀ ਕਮਾਈ ਵੀ ਕੀਤੀ। ਉਸ ਤੋਂ ਬਾਅਦ ਦੌਰ ਆਇਆ ਜੀ ਕਾਮੇਡੀ ਦਾ, ਫਿਰ ਕਾਮੇਡੀ ਦੇ ਨਾਂ 'ਤੇ ਧੜਾਧੜ ਪੰਜਾਬੀ ਫਿਲਮਾਂ ਬਣਾਈਆਂ ਗਈਆਂ, ਚੁਟਕਲਿਆਂ ਨੂੰ, ਜੋਕਸ ਨੂੰ ਕਿਤਾਬਾਂ ਦੇ ਵਿੱਚੋਂ ਵਟਸਐਪ ਤੋਂ, ਫੇਸਬੁੱਕ ਤੋਂ ਇਕੱਠਾ ਕਰਕੇ ਸਟੋਰੀਆਂ ਲਿਖੀਆਂ ਗਈਆਂ ਅਤੇ ਫਿਰ ਉਹਨਾਂ ਦੀਆਂ ਫਿਲਮਾਂ ਬਣਾਈਆਂ ਗਈਆਂ। ਉਸ ਤੋਂ ਬਾਅਦ ਦੌਰ ਆਇਆ ਜੀ ਪੰਜਾਬ ਦੇ ਪੁਰਾਣੇ ਕਲਚਰ ਨੂੰ ਦਿਖਾਉਣ ਦਾ, ਜਿਹਦੇ ਵਿੱਚੋਂ ਸੀ ਅੰਗਰੇਜ਼, ਲਾਹੌਰੀਏ, ਛੱਲਾ ਮੁੜਕੇ ਨਹੀਂ ਆਇਆ ਅਤੇ ਇਹਨਾਂ ਫਿਲਮਾਂ ਨੇ ਵੀ ਕਾਫੀ ਕਮਾਈ ਕੀਤੀ। ਫਿਰ ਦੌਰ ਆਇਆ ਜੀ ਧਾਰਮਿਕ ਫਿਲਮਾਂ ਬਣਾਉਣ ਦਾ, ਚਾਹੇ ਉਸ ਦੇ ਵਿੱਚ ਮਸਤਾਨੇ ਹੈ, ਚਾਹੇ ਉਸ ਦੇ ਵਿੱਚ ਬੀਬੀ ਰਜਨੀ ਹੈ, ਜਾਂ ਫਿਰ ਉਸ ਦੇ ਵਿੱਚ ਜੋ ਨਵੀਂ ਫਿਲਮ ਹੈ ਅਰਦਾਸ ਸਰਬੱਤ ਦੇ ਭਲੇ ਦੀ। ਇਹ ਫਿਲਮ ਬੇਸ਼ੱਕ ਇਤਿਹਾਸਿਕ ਅਤੇ ਧਾਰਮਿਕ ਨਹੀਂ ਹੈ, ਪਰ ਫਿਰ ਵੀ ਇਸ ਦੇ ਵਿੱਚ ਧਰਮ, ਸੱਭਿਆਚਾਰ, ਰਿਸ਼ਤੇ, ਨਾਤੇ ਇਹਨਾਂ ਚੀਜ਼ਾਂ ਦਾ ਭਰਪੂਰ ਇਸਤੇਮਾਲ ਹੋਇਆ ਹੈ। ਮੈਂ ਇਹ ਬਿਲਕੁਲ ਨਹੀਂ ਕਹਿ ਰਿਹਾ ਕਿ ਇਹਨਾਂ ਵਿਸ਼ਿਆਂ ਦੇ ਉੱਪਰ ਫਿਲਮ ਨਹੀਂ ਬਣਨੀ ਚਾਹੀਦੀ, ਮੈਂ ਕਹਿੰਦਾ ਹਾਂ ਕਿ ਫਿਲਮ ਜ਼ਰੂਰ ਬਣਨੀ ਚਾਹੀਦੀ ਹੈ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਾਉਣ ਵਾਲੀ, ਧਾਰਮਿਕਤਾ ਨੂੰ ਸਮਝਾਉਣ ਵਾਲੀ, ਮੋਰਲ ਐਜੂਕੇਸ਼ਨ ਦੇਣ ਵਾਲੀ, ਲੇਕਿਨ ਜਦੋਂ ਤੁਸੀਂ ਇਸ ਤਰ੍ਹਾਂ ਦਾ ਸਿਨੇਮਾ ਬਣਾਉਂਦੇ ਹੋ ਤਾਂ ਤੁਹਾਡੇ ਸਿਨੇਮੇ ਦਾ ਜੋ ਲੈਵਲ ਹੈ ਵਧੀਆ ਹੋਣਾ ਚਾਹੀਦਾ ਹੈ। ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸਟੋਰੀ ਉੱਪਰ ਕੰਮ ਨਾ ਕਰੋ, ਤੁਸੀਂ ਸਿਨੇਮੈਟੋਗ੍ਰਾਫੀ ਉੱਪਰ ਕੰਮ ਨਾ ਕਰੋ, ਤੁਸੀਂ ਮਿਊਜ਼ਿਕ ਉੱਪਰ ਕੰਮ ਨਾ ਕਰੋ, ਬਲਕਿ ਤੁਸੀਂ ਕੁਝ ਕਿਤਾਬਾਂ ਦੇ ਵਿੱਚੋਂ, ਫੇਸਬੁੱਕ ਸਟੇਟਸ ਦੇ ਵਿੱਚੋਂ, ਵਟਸਐਪ ਦੇ ਵਿੱਚੋਂ ਕੁਝ ਮੋਟੀਵੇਸ਼ਨਲ ਸਟੋਰੀਜ਼ ਨੂੰ ਚੱਕ ਕੇ ਤੁਸੀਂ ਆਪਣੀ ਫਿਲਮ ਬਣਾ ਕੇ ਲੋਕਾਂ ਦੇ ਅੱਗੇ ਪੇਸ਼ ਕਰ ਦਿੰਦੇ ਹੋ। ਇਸ ਤਰ੍ਹਾਂ ਦੇ ਨਾਲ ਪੈਸਾ ਵੀ ਕਮਾਇਆ ਜਾ ਸਕਦਾ ਹੈ, ਇਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਰਵਾਇਆ ਵੀ ਜਾ ਸਕਦਾ ਹੈ, ਭੀੜ ਵੀ ਇਕੱਠੀ ਕੀਤੀ ਜਾ ਸਕਦੀ ਹੈ, ਲੇਕਿਨ ਇਸ ਤਰ੍ਹਾਂ ਕਰਨ ਦੇ ਨਾਲ, ਇਸ ਰੁਝਾਨ ਦੇ ਨਾਲ ਸਾਡੇ ਪੰਜਾਬੀ ਸਿਨੇਮਾ ਦੇ ਵਿੱਚ ਲਗਾਤਾਰ ਨਿਘਾਰ ਆ ਰਿਹਾ ਹੈ ਅਤੇ ਇਹ ਹੋਰ ਵੀ ਨਿਮਨ ਪੱਧਰ ਤੱਕ ਜਾਏਗਾ ਅਤੇ ਪੰਜਾਬੀ ਸਿਨੇਮਾ ਜਲਦ ਹੀ ਫਾਰਮੂਲਾ ਸਿਨੇਮਾ ਬਣ ਕੇ ਰਹਿ ਜਾਏਗਾ। ਇਹ ਰੁਝਾਨ ਪੰਜਾਬੀ ਸਿਨੇਮਾ ਦੇ ਲਈ ਬਹੁਤ ਹੀ ਜ਼ਿਆਦਾ ਗਲਤ ਹੈ। ਪ੍ਰੋਡਿਊਸਰ ਨੂੰ ਪੈਸਾ ਕਮਾਉਣਾ ਚਾਹੀਦਾ ਹੈ, ਉਸ ਦੇ ਲਈ ਉਸਨੂੰ ਫਾਰਮੂਲੇ ਦੀ ਵਰਤੋਂ ਕਰਨੀ ਚਾਹੀਦੀ ਹੈ, ਪਰ ਇਸ ਦੇ ਨਾਲ ਫਿਲਮ ਮੇਕਰਸ ਨੂੰ ਇੰਨਾ ਕੁ ਗੰਭੀਰ ਹੋਣਾ ਪਏਗਾ ਕਿ ਸਾਡਾ ਪੰਜਾਬੀ ਸਿਨੇਮਾ ਪੰਜਾਬ ਨੂੰ, ਪੰਜਾਬੀਅਤ ਨੂੰ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਇੰਟਰਨੈਸ਼ਨਲ ਲੈਵਲ 'ਤੇ ਰੀਪ੍ਰਜ਼ੈਂਟ ਕਰੇ, ਸਾਡੀਆਂ ਫਿਲਮਸ ਨੂੰ ਔਸਕਰ ਦੇ ਵਿੱਚ, ਇੰਟਰਨੈਸ਼ਨਲ ਜੋ ਅਵਾਰਡਸ ਨੇ ਉਹਨਾਂ ਦੇ ਵਿੱਚ ਪਹਿਚਾਣ ਮਿਲੇ ਅਤੇ ਉਸ ਦੇ ਨਾਲ ਹੀ ਸਾਡੀਆਂ ਫਿਲਮਾਂ ਦੇ ਰੀਮੇਕ ਬਣਨ ਅਤੇ ਉਸ ਦੇ ਨਾਲ ਹੀ ਸਾਡੀਆਂ ਫਿਲਮਾਂ ਦੀ ਜੋ ਸਿਨੇਮੈਟੋਗ੍ਰਾਫੀ ਹੈ, ਜੋ ਮਿਊਜ਼ਿਕ ਹੈ, ਜੋ ਇਸ ਦੀ ਪ੍ਰੋਡਕਸ਼ਨ ਵੈਲਿਊ ਹੈ ਉਹ ਬਹੁਤ ਅੱਛੀ ਹੋਵੇ, ਇਹ ਵੀ ਸਾਡੀ ਨਾਲ ਨਾਲ ਜ਼ਿੰਮੇਵਾਰੀ ਬਣਦੀ ਹੈ। ਇਹ ਸਨ ਮੇਰੇ ਕੁਝ ਨਿੱਜੀ ਵਿਚਾਰ ਜੋ ਕਿ ਮੈਂ ਤੁਹਾਡੇ ਨਾਲ, ਦਰਸ਼ਕਾਂ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਸੀ ਅਤੇ ਜੇਕਰ ਤੁਸੀਂ ਮੇਰੇ ਨਾਲ ਸਹਿਮਤ ਨਹੀਂ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ ਤਾਂ ਕਿ ਮੈਨੂੰ ਵੀ ਕੁਝ ਨਵਾਂ ਸਿੱਖਣ ਨੂੰ ਮਿਲ ਸਕੇ। ਹੁਣ ਗੱਲ ਕਰਦੇ ਹਾਂ ਜੀ ਅਰਦਾਸ ਸਰਬੱਤ ਦੇ ਭਲੇ ਦੀ ਕਹਾਣੀ ਤੋਂ ਸ਼ੁਰੂਆਤ ਕਰਦੇ ਹਾਂ। ਇਸ ਫਿਲਮ ਦੇ ਵਿੱਚ ਸਟੋਰੀ ਦੇ ਨਾਮ 'ਤੇ ਕੁਝ ਵੀ ਨਹੀਂ ਹੈ,
ਜਦੋਂ ਇਸ ਫਿਲਮ ਨੂੰ ਧਿਆਨ ਨਾਲ ਤੁਸੀਂ ਦੇਖੋਗੇ ਤਾਂ ਇਸ ਫਿਲਮ ਦੇ ਵਿੱਚ ਕਈ ਸਾਰੇ ਸਬਜੈਕਟਸ ਨੂੰ, ਕਈ ਵਿਸ਼ਿਆਂ ਨੂੰ ਇਕੱਠਾ ਕਰਕੇ ਆਪਸ ਦੇ ਵਿੱਚ ਲੜੀਬੱਧ ਕਰਕੇ ਫਿਲਮ ਲਿਖ ਦਿੱਤੀ ਗਈ ਹੈ। ਅਤੇ ਉਸ ਤੋਂ ਬਾਅਦ ਕੁਝ WhatsApp ਦੇ ਮੈਸੇਜ ਅਤੇ ਕੁਝ Facebook ਦੀ ਸਟੋਰੀਜ਼ ਅਤੇ ਕੁਝ ਕਿਤਾਬਾਂ ਦੀਆਂ ਸ਼ਾਰਟ ਸਟੋਰੀਜ਼ ਨੂੰ, ਮੋਟੀਵੇਸ਼ਨਲ ਸਟੋਰੀਜ਼ ਨੂੰ ਲੈ ਕੇ ਇਸ ਫਿਲਮ ਦੇ ਵਿੱਚ ਪਾ ਦਿੱਤਾ ਗਿਆ ਹੈ ਅਤੇ ਸਟੋਰੀ ਬਣਾ ਦਿੱਤੀ ਗਈ ਹੈ। ਇਸ ਲਈ ਮੈਂ ਇਸ ਦੀ ਸਟੋਰੀ ਬਾਰੇ ਹੋਰ ਜ਼ਿਆਦਾ ਗੱਲਬਾਤ ਨਹੀਂ ਕਰਨਾ ਚਾਹੁੰਦਾ। ਗੱਲ ਕਰਦੇ ਹਾਂ ਜੀ ਫਿਲਮ ਦੀ ਸਟਾਰ ਕਾਸਟ ਦੀ। ਗਿੱਪੀ ਗਰੇਵਾਲ ਦਾ ਜੋ ਪ੍ਰੋਡਕਸ਼ਨ ਹਾਊਸ ਹੈ ਹੰਬਲ ਮੋਸ਼ਨ ਪਿਕਚਰਸ, ਉਹਦੇ ਵਿੱਚ ਕੁਝ ਗਿਣੇ ਚੁਣੇ ਲੋਕਾਂ ਦੀ ਇੱਕ ਟੀਮ ਹੈ ਜੋ ਐਕਟਰਸ ਇਸ ਦੀਆਂ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ, ਅਤੇ ਉਸੇ ਸਟਾਰ ਕਾਸਟ ਨੂੰ ਇਸ ਫਿਲਮ ਦੇ ਵਿੱਚ ਯੂਜ਼ ਕੀਤਾ ਗਿਆ ਹੈ। ਪਰ ਸਾਰੇ ਆਪਣੇ ਫੀਲਡ ਦੇ ਬਹੁਤ ਮਜੇ ਹੋਏ ਖਿਡਾਰੀ ਨੇ, ਇਸ ਲਈ ਸਾਰਿਆਂ ਨੇ ਆਪਣਾ ਰੋਲ ਬਹੁਤ ਬਹੁਤ ਵਧੀਆ ਕੀਤਾ ਹੈ। ਗੱਲ ਕਰਦੇ ਹਾਂ ਜੀ ਫਿਲਮ ਦੇ ਬੈਕਗ੍ਰਾਉਂਡ ਮਿਊਜ਼ਿਕ ਦੀ। ਫਿਲਮ ਦਾ ਜੋ ਬੈਕਗ੍ਰਾਉਂਡ ਮਿਊਜ਼ਿਕ ਹੈ ਉਹ ਬਹੁਤ ਕਮਾਲ ਹੈ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ, ਫਿਲਮ ਦੇ ਵਿੱਚ ਜੋ ਬੈਕਗ੍ਰਾਉਂਡ ਦੇ ਵਿੱਚ ਮਿਊਜ਼ਿਕ ਚੱਲਦਾ ਹੈ, ਜੋ ਅਲਾਪ ਲਗਾਏ ਗਏ ਨੇ ਜਾਂ ਜੋ ਗਾਣਾ ਚੱਲਦਾ ਹੈ, ਉਹ ਬੇਹੱਦ ਖੂਬਸੂਰਤ ਹੈ। ਅਤੇ ਪੂਰੀ ਫਿਲਮ ਦੇ ਵਿੱਚ ਇਹ ਜੋ ਗਾਣਾ ਹੈ, ਇਹ ਮਿਊਜ਼ਿਕ ਹੈ, ਫਿਲਮ ਦੀ ਸਟੋਰੀ ਨੂੰ ਉਤਾਂਹ ਚੁੱਕ ਕੇ ਰੱਖਦਾ ਹੈ। ਗਿੱਪੀ ਗਰੇਵਾਲ ਦੀ ਜੋ ਡਾਇਰੈਕਸ਼ਨ ਸੀ ਉਹ ਸਧਾਰਨ ਦਰਜੇ ਦੀ ਸੀ। ਉਹਨਾਂ ਨੇ ਜੋ ਸਟੋਰੀ, ਸਟੋਰੀ ਤਾਂ ਚਲੋ ਹੈ ਨਹੀਂ ਫਿਲਮ ਦੇ ਵਿੱਚ, ਉਹਨਾਂ ਨੇ ਜੋ ਵੀ ਕਹਾਣੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਬੜੇ ਹੀ ਸਧਾਰਨ ਤਰੀਕੇ ਨਾਲ ਕੀਤਾ ਹੈ। ਫਿਲਮ ਦੇ ਵਿੱਚ ਕਿਤੇ ਵੀ ਕੋਈ ਟਵਿਸਟ ਨਹੀਂ ਹੈ, ਫਿਲਮ ਦੇ ਵਿੱਚ ਕਿਤੇ ਵੀ ਤੁਹਾਨੂੰ ਕੋਈ ਅਜਿਹੀ ਮੂਮੈਂਟ ਨਹੀਂ ਲੱਗਦੀ ਜਿੱਥੇ ਤੁਹਾਨੂੰ ਲੱਗੇ ਕਿ ਵਾਓ ਆਹ ਤਾਂ ਕਮਾਲ ਹੋ ਗਿਆ। ਹੁਣ ਅਸੀਂ ਗੱਲ ਕਰਦੇ ਹਾਂ ਜੀ ਇਸ ਫਿਲਮ ਦੇ ਪੋਜ਼ਿਟਿਵ ਪੁਆਇੰਟਸ ਦੇ ਬਾਰੇ ਕਿ ਇਸ ਫਿਲਮ ਦੇ ਵਿੱਚ ਕੀ ਬਹੁਤ ਵਧੀਆ ਚੀਜ਼ ਹੈ। ਸਭ ਤੋਂ ਪਹਿਲੀ ਗੱਲ ਜੋ ਇਸ ਫਿਲਮ ਦੀ ਮੈਨੂੰ ਬਹੁਤ ਵਧੀਆ ਲੱਗੀ ਉਹ ਇਹ ਹੈ ਕਿ ਪੰਜਾਬ ਦੇ ਕਈ ਗੰਭੀਰ ਮੁੱਦਿਆਂ ਨੂੰ ਇਸ ਫਿਲਮ ਦੇ ਵਿੱਚ ਉਠਾਇਆ ਗਿਆ ਹੈ, ਅਤੇ ਉਹਨਾਂ ਮੁੱਦਿਆਂ ਨੂੰ ਐਡੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ ਕਿ ਕਈ ਥਾਵਾਂ ਤੇ ਇਹ ਫਿਲਮ ਤੁਹਾਨੂੰ ਰੋਣ ਤੇ ਮਜਬੂਰ ਕਰ ਦਿੰਦੀ ਹੈ। ਸਟੋਰੀ ਭਾਵੇਂ ਕਮਜ਼ੋਰ ਹੈ ਪਰ ਫਿਰ ਵੀ ਇਸ ਫਿਲਮ ਦੇ ਜੋ ਡਾਇਲੌਗ ਲਿਖੇ ਨੇ ਉਹ ਬਹੁਤ ਹੀ ਵਧੀਆ ਲਿਖੇ ਗਏ ਨੇ, ਸ਼ਿੱਦਤ ਦੇ ਨਾਲ ਲਿਖੇ ਗਏ ਨੇ। ਬੇਸ਼ੱਕ ਬਹੁਤ ਸਾਰੇ ਡਾਇਲੌਗ ਤੁਸੀਂ WhatsApp ਦੇ ਉੱਪਰ ਆਲਰੇਡੀ ਪੜ੍ਹ ਚੁੱਕੇ ਹੋ, ਪਰ ਫਿਰ ਵੀ ਗੁਰਪ੍ਰੀਤ ਘੁੱਗੀ ਨੇ ਇਹਨਾਂ ਨੂੰ ਵਧੀਆ ਨਿਭਾਇਆ ਹੈ। ਅਤੇ ਇੱਕ ਹੋਰ ਬਹੁਤ ਵਧੀਆ ਗੱਲ ਮੈਨੂੰ ਇਸ ਫਿਲਮ ਦੀ ਇਹ ਲੱਗੀ ਕਿ ਇੱਕ ਤਾਂ ਪ੍ਰਵਾਸੀਆਂ ਦਾ ਜੋ ਪੰਜਾਬ ਦੇ ਵਿੱਚ ਯੋਗਦਾਨ ਹੈ ਉਸ ਨੂੰ ਇਸ ਫਿਲਮ ਨੇ ਹਲਕਾ ਜਾਂ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ। ਅਤੇ ਦੂਸਰੀ ਚੀਜ਼ ਜੋ ਇਸ ਫਿਲਮ ਨੇ ਵਧੀਆ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਹੈ ਜੀ ਧਾਰਮਿਕ ਏਕਤਾ, ਜਿਸ ਬਾਰੇ ਅੱਜ ਕੱਲ੍ਹ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਪਰ ਇਹ ਫਿਲਮ ਥੋੜ੍ਹਾ ਥੋੜ੍ਹਾ ਇਹਨਾਂ ਵਿਸ਼ਿਆਂ ਨੂੰ ਟੱਚ ਕਰਦੀ ਹੋਈ ਨਜ਼ਰ ਆਉਂਦੀ ਹੈ। ਰਿਵਿਊ ਖਤਮ ਕਰਨ ਤੋਂ ਪਹਿਲਾਂ ਇਸ ਫਿਲਮ ਦੇ ਬਾਰੇ ਚੰਦ ਗੱਲਾਂ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਤੁਹਾਨੂੰ ਇਹ ਫਿਲਮ ਸਿਨੇਮੇ ਵਿੱਚ ਦੇਖਣ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਫਿਲਮ ਅਜਿਹੀ ਹੈ ਜਿਸ ਨੂੰ ਤੁਸੀਂ OTT ਤੇ ਆਉਣ ਦਾ ਇੰਤਜ਼ਾਰ ਕਰ ਸਕਦੇ ਹੋ। ਇਸ ਦੇ ਨਾਲ ਹੀ ਇਸ ਫਿਲਮ ਦਾ ਰਿਵਿਊ ਆਪਾਂ ਕਰਦੇ ਹਾਂ ਖਤਮ। ਮੈਨੂੰ ਪਰਸਨਲੀ ਤੌਰ ਤੇ ਇਹ ਫਿਲਮ ਕੋਈ ਖਾਸ ਜ਼ਿਆਦਾ ਪਸੰਦ ਨਹੀਂ ਆਈ। ਤੁਹਾਨੂੰ ਪਸੰਦ ਆ ਸਕਦੀ ਹੈ, ਤੁਹਾਡਾ ਟੇਸਟ ਵੱਖਰਾ ਹੋ ਸਕਦਾ ਹੈ, ਤੁਹਾਡਾ ਦੇਖਣ ਦਾ ਨਜ਼ਰੀਆ ਵੱਖਰਾ ਹੋ ਸਕਦਾ ਹੈ, ਲੇਕਿਨ ਜਾਂਦੇ ਜਾਂਦੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ, ਇਹ ਰੁਝਾਨ ਬਹੁਤ ਹੀ ਮਾੜਾ ਹੈ ਕਿ ਫਿਲਮ ਨੂੰ ਹਿੱਟ ਕਰਾਉਣ ਦੇ ਲਈ ਅਜਿਹੀਆਂ ਰੀਲਾਂ ਪਾਈਆਂ ਜਾਂਦੀਆਂ ਨੇ ਕਿ ਦੇਖੋ ਲੋਕ ਰੋ ਰਹੇ ਨੇ, ਰੋ ਰੋ ਕੇ ਬਾਹਰ ਆ ਰਹੇ ਨੇ। ਬੀਬੀ ਰਜਨੀ ਮੂਵੀ ਦੀ ਪ੍ਰਮੋਸ਼ਨ ਦੇ ਲਈ ਬਿਲਕੁਲ ਇਸੇ ਤਰ੍ਹਾਂ ਦੇ ਸਟੰਟ ਵਰਤੇ ਗਏ, ਅਤੇ ਸੇਮ ਸਟੰਟ ਜੋ ਹੈ ਹੁਣ ਇਸ ਫਿਲਮ ਦੀ ਪ੍ਰਮੋਸ਼ਨ ਦੇ ਲਈ ਵਰਤੇ ਜਾ ਰਹੇ ਨੇ। ਇੱਥੇ ਮੈਂ ਤੁਹਾਨੂੰ ਫਿਰ ਕਹਿਣਾ ਚਾਹੁੰਦਾ ਹਾਂ ਕਿ ਸਟੰਟਬਾਜ਼ੀ ਕਰਕੇ ਤੁਸੀਂ ਭੀੜ ਇਕੱਠੀ ਕਰ ਸਕਦੇ ਹੋ, ਪੈਸਾ ਕਮਾ ਸਕਦੇ ਹੋ, ਲੇਕਿਨ ਪੰਜਾਬੀ ਸਿਨੇਮਾ ਦੇ ਨਾਲ ਤੁਸੀਂ ਵਫਾ ਨਹੀਂ ਕਰ ਰਹੇ। ਮੇਰੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਮੇਰੀ ਵੀਡੀਓ ਨੂੰ ਦੇਖਣ ਦੇ ਲਈ, ਪਿਆਰ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਖੁਸ਼ ਰਹੋ, ਆਬਾਦ ਰਹੋ।